ਵਿੱਚ ਨੌਜਵਾਨ ਮੁੰਡਿਆਂ ਤੋਂ ਬਾਅਦ ਹੁਣ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ ਦੀ ਗ੍ਰਿਫਤ ਵਿੱਚ ਫਸਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਇੱਕ 23 ਸਾਲਾ ਲੜਕੀ ਪਿਛਲੇ 13 ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਸੀ ਅਤੇ ਹੁਣ ਨਸ਼ਾ ਛੱਡਣ ਦੇ ਲਈ ਗੁਰਦਾਸਪੁਰ ਦੇ ਰੈੱਡ ਕ੍ਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਹੋਈ ਹੈ, ਜਿੱਥੇ ਉਸਦਾ ਇਲਾਜ ਪਿਛਲੇ 10 ਦਿਨਾਂ ਤੋਂ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਕਰਵਾਉਣ ਪਹੁੰਚੀ ਪੀੜਤ ਲੜਕੀ ਨੇ ਦੱਸਿਆ ਕਿ ਉਸਨੇ 10 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਹੀ ਪ੍ਰਿੰਸੀਪਲ ਨੂੰ ਦੇਖ ਕੇ ਨਸ਼ਾ ਲੈਣਾ ਸ਼ੁਰੂ ਕੀਤਾ ਸੀ ਅਤੇ ਨਸ਼ੇ ਦੀ ਲੱਤ ਇਸ ਕਦਰ ਵੱਧ ਗਈ ਕਿ ਉਸਦੀ ਮਾਂ ਨੇ ਉਸ ਤੋਂ ਪਰੇਸ਼ਾਨ ਹੋ ਕੇ ਉਸਦਾ ਵਿਆਹ 2 ਬੱਚਿਆਂ ਦੇ ਪਿਓ ਨਾਲ ਕਰਵਾ ਦਿੱਤਾ ਅਤੇ ਉਸ ਵਿਅਕਤੀ ਕੋਲੋਂ 50,000 ਰੁਪਏ ਲੈ ਲਏ, ਜਿੱਥੇ ਉਸਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਕੁਝ ਸਮਾਂ ਪਾ ਕੇ ਉਹ ਉੱਥੋਂ ਭੱਜ ਕੇ ਆਪਣੀ ਭੈਣ ਕੋਲ ਅੰਮ੍ਰਿਤਸਰ ਚਲੀ ਗਈ, ਜਿਸ ਤੋਂ ਬਾਅਦ ਉਸਦੀ ਭੈਣ ਨੇ ਉਸਦਾ ਤਲਾਕ ਕਰਵਾ ਦਿੱਤਾ। ਉਸਨੇ ਵੀ ਦੱਸਿਆ ਕਿ ਉਸਨੇ ਅੰਮ੍ਰਿਤਸਰ ਜਾ ਕੇ ਵੀ ਨਸ਼ੇ ਦੀ ਲੱਤ ਨਹੀਂ ਛੱਡੀ ਅਤੇ ਅੰਮ੍ਰਿਤਸਰ ਵਿੱਚ ਉਸਦੀ ਦੋਸਤੀ ਇੱਕ ਮੁੰਡੇ ਦੇ ਨਾਲ ਹੋ ਗਈ ਜੋ ਨਸ਼ਾ ਕਰਨ ਦਾ ਆਦੀ ਸੀ। ਉਹ ਖੁਦ ਵੀ ਨਸ਼ਾ ਕਰਦਾ ਅਤੇ ਉਸਨੂੰ ਵੀ ਨਸ਼ਾ ਦਿੰਦਾ ਸੀ ਅਤੇ ਨਸ਼ਾ ਦੇਣ ਦੇ ਲਈ ਉਸ ਮੁੰਡੇ ਨੇ ਉਸਦਾ ਪੂਰਾ ਇਸਤੇਮਾਲ ਕੀਤਾ ਅਤੇ ਉਸਦੇ ਕੋਲੋਂ ਗਲਤ ਕੰਮ ਵੀ ਕਰਵਾਏ, ਜਿਸ ਵਿੱਚ ਉਸਦੀ ਭੈਣ ਵੀ ਸ਼ਾਮਿਲ ਰਹੀ। ਉਸਨੇ ਦੱਸਿਆ ਕਿ ਉਹ ਹੁਣ ਇਸ ਜ਼ਿੰਦਗੀ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਅਤੇ ਕਿਸੇ ਵਿਅਕਤੀ ਦੀ ਮਦਦ ਨਾਲ ਹੀ ਉਹ ਰੈੱਡ ਕ੍ਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਪਹੁੰਚੀ ਸੀ ਤਾਂ ਜੋ ਕਿ ਉਹ ਇਸ ਨਸ਼ੇ ਦੀ ਲੱਤ ਨੂੰ ਛੱਡ ਸਕੇ। 10 ਸਾਲ ਦੀ ਉਮਰ 'ਚ ਜਦੋਂ ਮੈਂ ਨਸ਼ਾ ਸ਼ੁਰੂ ਕੀਤਾ ਸੀ। ਕਿੱਥੋਂ ਸ਼ੁਰੂਆਤ ਕੀਤੀ ਨਸ਼ੇ? ਸਕੂਲ ਟਾਈਮ ਤੋਂ। ਸਾਡੇ ਪ੍ਰਿੰਸੀਪਲ ਸਰ ਕਰਦੇ ਸੀ, ਆਪਾਂ 3-4 ਜਣੇ ਹੈਗੇ ਸੀ ਜਿਹੜੇ ਆਪਾਂ ਦੇਖਦੇ ਹੁੰਦੇ ਸੀ ਉਹਨਾਂ ਨੂੰ। ਉਸ ਤੋਂ ਬਾਅਦ ਮਤਲਬ ਕਿ ਫਿਰ 12 ਸਾਲ ਤੋਂ ਬਾਅਦ ਹੀ ਮੇਰੀ ਸ਼ੁਰੂਆਤ ਹੋਈ ਆ। ਜੋ ਵੀ ਹੋਇਆ ਮੈਂ ਤੁਹਾਨੂੰ ਦੱਸ ਹੀ ਚੁੱਕੀ ਸਾਰਾ ਕੁਛ। ਅਤੇ ਬਸ ਹੁੰਦਾ ਹੁੰਦਾ ਮੇਰੇ ਨਾਲ ਇੰਨਾ ਕੁਛ ਗਲਤ ਹੋ ਗਿਆ ਕਿ ਮੈਂ ਅੱਗੇ ਕੁਛ ਨਹੀਂ ਕਰ ਸਕਦੀ। ਮਤਲਬ ਕਿ ਮੇਰੀ 10 ਸਾਲ ਦੀ ਏਜ਼ ਸੀ ਜਦੋਂ ਮੈਂ ਨਸ਼ਾ ਕਰਨਾ ਸ਼ੁਰੂ ਕੀਤਾ। ਹੁਣ ਮੈਂ 23 ਸਾਲਾਂ ਦੀ ਹੋ ਗਈ ਹੋਈ ਹਾਂ ਅਤੇ ਹੁਣ ਮੈਂ ਆਪਣਾ ਨਸ਼ਾ ਛੱਡਣਾ ਚਾਹੁੰਦੀ ਹਾਂ ਅਤੇ ਮਤਲਬ ਕਿ ਛੱਡ ਵੀ ਚੁੱਕੀ ਹਾਂ। 10 ਦਿਨ ਹੋ ਗਏ ਆ ਮੈਨੂੰ ਪ੍ਰੋਪਰ ਉਹ ਠੀਕ ਹੋਈ ਨੂੰ। ਮਤਲਬ ਕਿ ਉਹਨਾਂ ਨੇ ਤਾਂ ਕਰਕੇ ਵਿੱਚ ਕੰਮ ਦੀ ਤਾਂ ਕੋਈ ਰਹੀ ਨਹੀਂ, ਨਸ਼ਾ ਕਰਦੀ ਆ, ਇਸ ਤੋਂ ਚੰਗਾ ਇਹਨੂੰ ਵੇਚ ਹੀ ਦਿਓ, ਗਲੋਂ ਫਾਹ ਲੱਥੂਗਾ, ਇਸ ਕਰਕੇ ਉਹਨਾਂ ਨੇ ਵੇਚ ਛੱਡਿਆ। ਮੇਰੇ ਮਤਲਬ ਕਿ ਉਹਨਾਂ ਨੇ ਜਿਹਨਾਂ ਨੂੰ ਵੇਚਿਆ ਸੀ ਉਹਦੇ 2 ਬੇਬੀ ਸੀ। ਉਹਨਾਂ ਦੇ ਨਾਲ ਮੇਰੀ ਮੈਰਿਜ ਹੀ ਕਰਵਾਈ ਸੀ ਅਤੇ ਮੇਰੇ ਸਾਹਮਣੇ ਹੀ ਪੈਸੇ ਫੜਾਏ। ਮੈਨੂੰ ਇੰਨਾ ਪਤਾ ਕਿ 50,000 ਰੁਪਇਆ ਫੜਾਇਆ ਸੀ। ਬਸ ਇਹੀ ਮੈਨੂੰ ਉਹ ਵੀ ਨਹੀਂ ਪਤਾ ਹੈਗਾ, ਪਤਾ ਹੁੰਦਾ ਤਾਂ ਸ਼ਾਇਦ ਮੈਂ ਕਰਦੀ ਵੀ ਨਾ, ਕਿਉਂਕਿ ਕਿਹੜਾ ਕਹੂਗਾ ਕਿ ਆਪਾਂ ਨੂੰ ਸਾਡੇ ਬੇਬੀ ਇਸ ਛੜੇ ਕੋਈ। ਮੈਂ ਉੱਥੋਂ ਭੱਜ ਗਈ ਸੀ, ਫਿਰ ਉੱਥੋਂ ਮੈਂ ਉੱਥੋਂ ਭੱਜ ਕੇ ਆਪਣੇ ਅੰਮ੍ਰਿਤਸਰ ਗਈ ਆਪਣੀ ਸਿਸਟਰ ਕੋਲ। ਉਹਨਾਂ ਨੇ ਮੈਨੂੰ ਆਪਣੇ ਕੋਲ ਰੱਖਿਆ, ਫਿਰ ਉਹਨਾਂ ਨੇ ਮੇਰਾ ਡਿਵੋਰਸ ਵੀ ਕਰਵਾਇਆ, ਫਿਰ ਉਹਨਾਂ ਨੇ ਮੈਨੂੰ ਆਪਣੇ ਸਲੂਨ 'ਚ ਲਗਵਾਇਆ, ਸਲੂਨ 'ਚ ਵੀ ਰਹੀ ਹਾਂ। ਮਤਲਬ ਕਿ ਬਹੁਤ ਕੁਛ ਗਲਤ ਵੀ ਹੋਇਆ ਮੇਰੇ ਨਾਲ। ਮਤਲਬ ਕਿ ਤੁਹਾਨੂੰ ਪਤਾ ਜਿਹਨੇ ਯੂਜ਼ ਕਰਨਾ, ਜਿਹਨੇ ਮਤਲਬ ਰਹਿਣਾ, ਉਹਨੇ ਬਹੁਤ ਕੁਛ ਵੀ ਕਰ ਲੈਣਾ, ਕਿਸੇ ਵੀ ਹੱਦ ਤੱਕ ਡਿੱਗ ਜਾਣਾ ਵਾ। ਅਤੇ ਉਹ ਸਾਰਾ ਕੁਛ ਹਰ ਇੱਕ ਨੇ ਮੇਰੇ ਨਾਲ ਕੀਤਾ ਅਤੇ ਮੈਂ ਹਰ ਇੱਕ ਦੇ ਹੱਥੋਂ ਯੂਜ਼ ਹੀ ਹੋਈ ਹਾਂ, ਕਿਸੇ ਨੇ ਮੇਰਾ ਫਾਇਦਾ ਨਹੀਂ ਸੋਚਿਆ। ਮੈਂ ਇਹੀ ਗੱਲ ਕਹੂੰਗੀ ਕਿ ਭੈਣਾਂ ਮੇਰੀ ਉਹ ਨਸ਼ਾ ਛੱਡ ਦਿਉ, ਕੋਈ ਫਾਇਦਾ ਨਹੀਂ ਆ। ਜੇ ਕਹਿੰਦੀਆਂ ਜੇ ਬੋਏਫ੍ਰੈਂਡ ਆ ਮੇਰਾ, ਮੇਰੀ ਅੰਗੇਜਮੈਂਟ ਹੋ ਗਈ ਆ, ਫੈਮਲੀ ਤੋਂ ਇਲਾਵਾ ਹੋ ਕੇ ਤੁਸੀਂ ਕਰਦੀਆਂ ਜੇ, ਕੁਛ ਨਹੀਂ ਫਾਇਦਾ ਹੈਗਾ, ਇਹ ਧੋਖੇ ਆ। ਤੁਹਾਨੂੰ ਯੂਜ਼ ਕਰਦੇ ਆ, ਨਸ਼ੇ ਲਵਾ ਦਿੰਦੇ ਆ, ਬਾਅਦ 'ਚ ਉਹਨਾਂ ਨੂੰ ਪਤਾ ਕਿ ਪੈਸਾ ਕਮਾ ਕੇ ਦੇਣਗੀਆਂ ਆਪਣੇ, ਬਾਅਦ 'ਚ ਉਹ ਆਪਣੇ ਘਰ 'ਤੇ ਤੁਸੀਂ ਆਪਣੇ ਰਹਿ ਜਾਂਦੀਆਂ ਰਹਿਣ 'ਚ। ਅਤੇ ਮੈਂ ਇਸ ਕਰਕੇ ਕਹਿੰਦੀ ਹਾਂ, ਰੈੱਡ ਕ੍ਰੋਸ ਸੈਂਟਰ ਆ। ਮੈਂ ਨਿਊਜ਼ ਵੇਖੀ ਸੀ, ਨਿਊਜ਼ ਦੇ ਵਿੱਚ ਇੰਟਰਵਿਊ ਦੇ ਆ ਰਿਹਾ ਸੀ ਕੋਈ ਲੜਕੀ ਦਾ, ਅਤੇ ਮੈਂ ਉਹ ਦੇਖਿਆ ਅਤੇ ਮੈਨੂੰ ਵਧੀਆ ਲੱਗਾ। ਮੈਂ ਚਲੋ ਦੇਖਦੇ ਹਾਂ, ਟਰਾਈ ਕਰਦੇ ਹਾਂ ਕਿ ਇੱਥੇ ਵੀ ਤਾਂ ਗੰਦਗੀ 'ਚ ਬੈਠੇ ਹੋਏ ਹਾਂ ਅਤੇ ਆਪਣੇ ਆਪ ਨੂੰ ਸਹੀ ਕਰਦੇ ਹਾਂ। ਫਿਰ ਆਪਾਂ ਆ ਗਏ ਸੀ ਇੱਥੇ, ਮੈਨੂੰ ਬਹੁਤ ਵਧੀਆ ਲੱਗਿਆ। ਮਤਲਬ ਕਿ ਮੈਨੂੰ ਆਪਣੇ ਇੰਨਾ ਪਰਿਵਾਰ ਤੋਂ ਨਹੀਂ ਪਿਆਰ ਮਿਲਿਆ ਹੋਣਾ ਜਿੰਨਾ ਮੈਨੂੰ ਇੱਥੋਂ ਮਿਲਿਆ। ਮੈਨੂੰ ਬਹੁਤ ਇੱਜ਼ਤ ਮਿਲੀ ਹੈ, ਜੋ ਮੈਂ ਕਦੀ ਇੱਜ਼ਤ ਕਦੀ ਸ਼ਾਇਦ ਮੈਨੂੰ ਮਿਲ ਵੀ ਨਹੀਂ ਸਕਦੀ ਸੀ। ਬਹੁਤ ਜ਼ਿਆਦਾ ਵਧੀਆ ਵਾ, ਮਤਲਬ ਕਿ ਜਿਹੜਾ ਵੀ ਇੱਥੇ ਇਲਾਜ ਕਰਾ ਕੇ ਜਾਊਗਾ ਨਾ, ਮਤਲਬ ਬਹੁਤ ਵਧੀਆ ਰਹੂਗਾ, ਅਤੇ ਜੇ ਛੱਡ ਦੋਗੇ ਨਾ ਤਾਂ ਸਭ ਤੋਂ ਵਧੀਆ ਵਾ। ਇਸ ਸੰਬੰਧੀ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰਮੇਸ਼ ਮਹਾਜਨ ਨੇ ਦੱਸਿਆ ਕਿ ਨੌਜਵਾਨਾਂ ਦੇ ਮੁਕਾਬਲੇ ਹੁਣ ਮਹਿਲਾਵਾਂ ਵੀ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਇਹ ਲੜਕੀ ਵੀ ਚਿੱਟਾ ਲੈਣ ਦੀ ਆਦੀ ਸੀ। ਜਦੋਂ ਇਹ ਨਸ਼ਾ ਮੁਕਤੀ ਕੇਂਦਰ ਵਿੱਚ ਪਹੁੰਚੀ ਸੀ ਤਾਂ ਇਸਦੀ ਹਾਲਤ ਬਹੁਤ ਹੀ ਬੁਰੀ ਸੀ, ਇਸਦੀ ਨਸ਼ੇ ਦੀ ਡੋਜ਼ ਵੀ ਬਹੁਤ ਜ਼ਿਆਦਾ ਸੀ। ਅੱਜ ਇਸ ਲੜਕੀ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ 10 ਦਿਨ ਬੀਤ ਚੁੱਕੇ ਹਨ ਅਤੇ ਹੁਣ ਇਸਦੀ ਹਾਲਤ ਵਿੱਚ ਬਹੁਤ ਸੁਧਾਰ ਹੈ ਅਤੇ ਇਹ ਨਸ਼ੇ ਦੀ ਲੱਤ ਨੂੰ ਛੱਡ ਰਹੀ ਹੈ। ਇਹ ਕੁੜੀ ਜਦੋਂ ਪਹਿਲਾਂ ਆਈ ਸੀ, ਇਹ ਸਿਰਫ ਦੁਆਰ ਤੱਕ ਕਿੱਦਾਂ ਪਹੁੰਚੀ ਗੇਟ ਤੱਕ ਮੈਨੂੰ ਨਹੀਂ ਪਤਾ, ਕਿਉਂਕਿ ਇਹਦੇ ਵਿੱਚ ਕੋਈ ਜਾਨ ਨਹੀਂ ਸੀਗੀ, ਬੁਰਾ ਹਾਲ ਸੀਗਾ ਇਹਦਾ, ਤਰ 'ਤੇ ਕੱਪੜਾ ਨਹੀਂ ਸੀਗਾ ਅਤੇ ਕੋਈ ਰੋਟੀ ਖਾਧੇ ਨੂੰ 2-3 ਮਹੀਨੇ ਹੋ ਗਿਆ ਸੀਗਾ।
ਤਾਂ ਇਹ ਹੁਣ ਇਹਨਾਂ ਦਸਾਂ ਦਿਨਾਂ ਵਿੱਚ ਹੀ ਆ ਕੇ ਆਪਣਾ ਕਾਫੀ ਰਿਕਵਰੀ ਕੀਤੀ, ਹੁਣ ਰੋਟੀ ਵੀ ਖਾਣੀ ਸ਼ੁਰੂ ਕਰਤੀ ਹੈ ਅਤੇ ਅੱਛੀ ਅੱਛਾ ਰਿਸਪਾਂਸ ਦੇ ਰਹੀ ਹੈ। ਇਹ ਚਿੱਟਾ ਹੀ ਲੈਂਦੀ ਸੀਗੀ, ਇਹਦਾ ਨਸ਼ਾ ਵੀ ਬਹੁਤ ਜ਼ਿਆਦਾ ਸੀਗਾ। ਇਹਨੇ ਮੈਨੂੰ ਦੱਸਿਆ ਵੀ ਮੈਂ 25-30 ਲੱਖ ਰੁਪਇਆ ਆਪਣੇ ਨਸ਼ੇ ਵਿੱਚ ਗੁਆਇਆ, ਆਪਣੀ ਜਵਾਨੀ ਵੀ ਬਰਬਾਦ ਕੀਤੀ ਹੈ, ਆਪਣਾ ਸਭ ਕੁਛ ਬਰਬਾਦ ਕੀਤਾ, ਸਭ ਕੁਛ ਨਸ਼ੇ ਦੀ ਬਦੌਲਤ ਹੋਇਆ ਹੈ। ਪਰ ਇਹ ਹੁਣ ਆਪ ਤਾਂ ਸੁਧਰਨਾ ਚਾਹੁੰਦੀ ਹੈ, ਨਾਲ ਹੋਰ ਵੀ ਲੜਕੀਆਂ ਜਿਹੜੀਆਂ ਕਿ ਨਸ਼ੇ ਦੀ ਦਲਦਲ ਵਿੱਚ ਹਨ, ਉਹਨਾਂ ਦਾ ਇਲਾਜ ਸਫਲਪੂਰਵਕ ਇਲਾਜ ਕਰਵਾਉਣ ਵਾਸਤੇ ਉਹਨਾਂ ਨੂੰ ਸਮੇਂ ਸਮੇਂ ਸਿਰ ਪ੍ਰੇਰਿਤ ਕਰਦੀ ਹੈ। ਤਾਂ ਜ਼ਿੰਮੇਵਾਰੀ, ਇੱਕ ਤਾਂ ਸਾਡੇ ਸੰਸਕਾਰ ਬਿਲਕੁਲ ਖਤਮ ਹੋ ਗਏ, ਮਾਂ ਪਿਓ ਸੰਸਕਾਰ ਜਿਹੜੇ ਪਹਿਲੇ ਦਿੰਦੇ ਸੀਗੇ ਉਹ ਮਾਂ ਪਿਓ ਕੋਲ ਟਾਈਮ ਨਹੀਂ ਹੈ, ਕੁਛ ਨਹੀਂ ਹੈ। ਇੱਕ ਸਾਡਾ ਜਿਹੜੀ ਸੁਸਾਇਟੀ ਹੈ ਉਹ ਬੇਰੁਜ਼ਗਾਰ ਹੈ, ਉਹ ਜ਼ਿਆਦਾਤਰ ਜਿਹੜੇ ਪੈਡਰ ਡਰੱਗ ਵੇਚਦੇ ਨੇ ਉਹ ਕੁੜੀਆਂ ਨੂੰ ਟਾਰਗੇਟ ਬਣਾ ਕੇ ਇੱਕ ਤਾਂ ਉਹਨਾਂ ਨੂੰ ਨਸ਼ਾ ਕਰਦੇ ਨੇ, ਇੱਕ ਉਹਦੇ ਥਰੂ ਨਸ਼ਾ ਬਕਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਲੜਕੀਆਂ ਭਟਕ ਰਹੀਆਂ ਨੇ ਵੀ ਆਪਾਂ ਜਾਈਏ ਕਿੱਧਰ, ਉਹ ਵੀ ਉਹਨਾਂ ਨੂੰ ਬੇਚੈਨੀ ਹੈ ਅਤੇ ਲੋਕ ਇਹਦਾ ਫਾਇਦਾ ਉਠਾ ਕੇ ਉਹਨਾਂ ਨੂੰ ਗਲਤ ਭਟਕਾ ਰਹੇ ਨੇ, ਗਲਤ ਰਸਤੇ 'ਚ ਪਾ ਰਹੇ ਨੇ ਲੜਕੀਆਂ ਨੂੰ ਵੀ। ਪੰਜਾਬ ਪੂਰੀ ਤਰ੍ਹਾਂ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ। ਪਹਿਲਾਂ ਨੌਜਵਾਨਾਂ ਦੇ ਨਸ਼ੇ ਵਿੱਚ ਖੁੱਭ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਸੀ, ਪਰ ਹੁਣ ਪੰਜਾਬ ਵਿੱਚ ਨਸ਼ੇੜੀ ਮਹਿਲਾਵਾਂ ਦੇ ਮਾਮਲੇ ਕਈ ਜ਼ਿਆਦਾ ਵੱਧ ਗਏ ਹਨ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਆਉਣ ਵਾਲੀ ਪੀੜ੍ਹੀ ਬਹੁਤ ਪ੍ਰਭਾਵਿਤ ਹੋਵੇਗੀ ਅਤੇ ਇੱਕ ਵਾਰ ਫਿਰ ਪੰਜਾਬ ਸਰਕਾਰ ਨਸ਼ੇ ਦੇ ਕਾਰਨ ਸਵਾਲਾਂ ਦੇ ਘੇਰੇ ਵਿੱਚ ਖੜੀ ਹੋ ਗਈ ਹੈ। ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਕੁੰਡਲ ਦੀ ਰਿਪੋਰਟ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।